ਅਵਾਜ਼ੀ ਕੌਮ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਸਨੀਮਾਨ ਸਾਹਿਬ ਦਾ ਸਵਾਗਤ ਕਰਦਾ। ਮੇਰੇ ਨਾਲ ਨੇ ਵੀਰ ਗੁਰਪ੍ਰੀਤ ਦਬੜੀ ਖਾਨਾ ਜੀ, ਔਰਗੈਨਿਕ ਖੇਤੀ ਬਾਰੇ ਜਿਹੜੇ ਲੋਕਾਂ ਨੂੰ ਜਾਣਕਾਰੀ ਦਿੰਦੇ ਨੇ ਬਹੁਤ, ਇਹਨਾਂ ਨੇ ਮੈਂ ਚੈੱਕ ਕੀਤਾ ਸੀਗਾ ਕਿ ਫੋਲੋਅਰ ਨੇ ਅਤੇ ਬੜੀ ਦੁਨੀਆ ਇਹਨਾਂ ਨਾਲ ਜੁੜੀ ਹੋਈ ਹੈ। ਅੱਜ ਗੱਲਬਾਤ ਕਰਨਾ ਸਾਡਾ ਸਬੱਬ ਬਣਿਆ ਅਤੇ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ, ਜਿਹੜਾ ਅੱਜ ਇੱਥੇ ਸਮਾਗਮ ਹੋ ਰਿਹਾ ਵੀ ਉਹ ਕਿਸ ਸੰਬੰਧਿਤ ਹੋ ਰਿਹਾ ਅਤੇ ਆਪਣੇ ਨਾਲ ਜਾਣਕਾਰੀ ਲੈਂਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ, ਜਿਹੜਾ ਅੱਜ ਇੱਥੇ ਸਮਾਗਮ ਹੋ ਰਿਹਾ ਜੀ, ਇਹਦੇ ਬਾਰੇ ਜਾਣਕਾਰੀ। ਇਹ ਜਿਹੜਾ ਸਮਾਗਮ ਹੈਗਾ ਪੰਜਾਬ ਐਗਰੋ ਵੱਲੋਂ ਕਰਵਾਇਆ ਜਾ ਰਿਹਾ, ਪੰਜਾਬ ਐਗਰੋ ਕੁਦਰਤੀ ਖੇਤੀ ਨੂੰ ਪ੍ਰਮੋਟ ਕਰਦੀ ਪਈ ਅੱਜ ਕੱਲ੍ਹ ਜੀ, ਅਤੇ ਐਜ ਆ ਸਟੇਟ ਰਿਸੋਰਸ ਪਰਸਨ ਉਹਨਾਂ ਨੇ ਮੈਨੂੰ ਹਾਇਰ ਕੀਤਾ ਜੀ। ਪੰਜਾਬ ਐਗਰੋ ਨਾਲ ਜੁੜੇ ਹੋਏ ਜਿਹੜੇ ਕਿਸਾਨ ਆ ਉਹਨਾਂ ਨੂੰ ਕੁਦਰਤੀ ਖੇਤੀ ਦੀ ਟ੍ਰੇਨਿੰਗ ਬਾਰੇ। ਸੋ ਅੱਜ ਇਹ ਜਿਹੜਾ ਕੈਂਪ ਹੈ ਜਾਂ ਸਮਾਗਮ ਹੈ ਪੰਜਾਬ ਐਗਰੋ ਵੱਲੋਂ ਆ, ਇੱਥੇ ਆਏ ਹੋਏ ਕਿਸਾਨਾਂ ਨੂੰ ਆਪਾਂ ਕੁਦਰਤੀ ਖੇਤੀ ਦੀ ਜਿਹੜੀ ਫਿਲੋਸਫੀ ਹੈ, ਕੁਦਰਤੀ ਖੇਤੀ ਦੇ ਸਿਧਾਂਤ ਹੈ, ਕੁਦਰਤੀ ਖੇਤੀ ਦਾ ਵਿਗਿਆਨ ਹੈ, ਕੁਦਰਤੀ ਖੇਤੀ ਦੀ ਜਿਹੜੀ ਤਕਨੀਕ ਹੈ, ਉਹਦੇ ਨਾਲ ਰੂਬਰੂ ਕਰਾਉਂਦੇ ਹੋਏ ਖੇਤੀ ਨੂੰ ਬਾਜ਼ਾਰ ਦੇ ਕਬਜ਼ੇ 'ਚੋਂ ਬਾਹਰ ਕਰ ਮੁੜ ਪੈਰਾਂ ਸਿਰ ਕਰਨ ਦਾ ਉਪਰਾਲਾ ਜਿਹੜਾ ਹੈਗਾ, ਉਸ ਉਪਰਾਲੇ ਵਜੋਂ ਜਿਹੜਾ ਹੈਗਾ ਲਗਾਤਾਰ ਮੈਂ ਕਿਸਾਨਾਂ 'ਚ ਵਿਚਰਦਾ ਅਤੇ ਅੱਜ ਵੀ ਕਿਸਾਨਾਂ ਦੇ ਨਾਲ ਇਸੇ ਹੀ ਵਿਸ਼ੇ ਦੇ ਉੱਤੇ ਜਿਹੜੀ ਹੈਗੀ ਹੈ ਗਿਆਨ ਵਿਗਿਆਨ ਦੀ ਸਾਂਝ ਪਾਈ ਜਾਊਗੀ। ਜਿਹੜੇ ਕੀ ਲੱਗਦਾ ਹੈ ਜਿਵੇਂ ਜਿਹੜੀ ਔਰਗੈਨਿਕ ਖੇਤੀ ਵੱਲੋਂ ਕਿੰਨੇ ਕੁ ਵੱਧ ਰਹੇ ਨੇ ਪਹਿਲਾਂ ਦੇ ਮੁਕਾਬਲੇ? ਦੇਖੋ ਸਮੇਂ ਦੇ ਨਾਲ ਹੁਣ ਅਵੇਅਰਨੈਸ ਜਿਹੜੀ ਹੈਗੀ ਹੈ ਵੱਧ ਰਹੀ ਹੈ। ਸਧਾਰਨ ਤੋਂ ਸਧਾਰਨ ਬੰਦੇ ਨੂੰ ਵੀ ਜਦੋਂ ਪੁੱਛੀਏ ਵੀ ਅੱਜ ਕੱਲ੍ਹ ਜਿਹੜਾ ਇਹ ਬਿਮਾਰੀਆਂ ਵਧੀਆਂ ਹੋਈਆਂ ਇਹਨਾਂ ਦੇ ਪਿੱਛੇ ਵਜ੍ਹਾ ਕੀ ਹੈ, ਤਾਂ ਸਧਾਰਨ ਤੋਂ ਸਧਾਰਨ ਬੰਦਾ ਵੀ ਇਹ ਕਹਿੰਦਾ ਵੀ ਖਾਣਾ ਪੀਣਾ ਖਰਾਬ ਹੋ ਗਿਆ। ਮਤਲਬ ਖੁਰਾਕ ਦੇ ਵਿਚਲਾ ਜਿਹੜਾ ਜ਼ਹਿਰੀਲਾਪਣ ਹੈ, ਵਾਤਾਵਰਨ ਦੇ ਵਿੱਚ ਜਿਹੜਾ ਪ੍ਰਦੂਸ਼ਣ ਹੋਇਆ ਹੋਇਆ, ਉਹ ਸਾਰੀਆਂ ਚੀਜ਼ਾਂ ਮਿਲ ਮਿਲਾ ਕੇ ਆਮ ਜਨਮਾਨਸ ਦੇ ਵਿੱਚ ਇਹ ਗੱਲ ਪਰਪੱਕ ਹੋ ਚੱਲੀ ਹੈ ਕਿ ਇਸ ਸਾਰੇ ਕਰਕੇ ਸਿਹਤ ਦਾ ਸੰਕਟ ਹੈ। ਅਤੇ ਜਦੋਂ ਆਪਾਂ ਪੰਜਾਬ ਦੇ ਸੰਕਟ ਨੂੰ ਦੇਖਦੇ ਹਾਂ ਤਾਂ ਪੰਜਾਬ ਦਾ ਸੰਕਟ ਜਿਹੜਾ ਹੈਗਾ ਇਕੱਲੀ ਸਿਹਤ ਦਾ ਸੰਕਟ ਨਹੀਂ ਹੈਗਾ, ਪੰਜਾਬ ਦਾ ਸੰਕਟ ਖੇਤੀ ਸਿਹਤਾਂ ਵਾਤਾਵਰਨ ਸਮਾਜ ਅਤੇ ਆਰਥਿਕਤਾ ਦਾ ਸੰਕਟ ਹੈ। ਅੱਜ ਤੋਂ 45-50 ਵਰੇ ਪਹਿਲਾਂ ਪੰਜਾਬ ਦੇ ਉੱਤੇ ਹਰੀ ਕ੍ਰਾਂਤੀ ਥੋਪੀ ਗਈ ਸਰਕਾਰਾਂ ਵੱਲੋਂ ਬਾਜ਼ਾਰ ਦੇ ਨਾਲ ਮਿਲ ਕੇ, ਤਾਂ ਉਸ ਹਰੀ ਕ੍ਰਾਂਤੀ ਦੇ ਜਿਹੜੇ ਮੁੱਢਲੇ ਨਤੀਜੇ ਸੀਗੇ 1980 ਦੇ ਦਹਾਕੇ 'ਚ ਆਉਣੇ ਸ਼ੁਰੂ ਹੋ ਗਏ ਸੀ ਕੈਂਸਰ ਦੇ ਰੂਪ 'ਚ, ਅਤੇ ਬਾਵਜੂਦ ਇਹਦਾ ਮੁਲਾਂਕਣ ਨਹੀਂ ਕੀਤਾ ਗਿਆ। ਮੁਲਾਂਕਣ ਨਾ ਕਰਨ ਕਰਕੇ ਅਤੇ ਇਹਦੇ ਇਸੇ ਤਰ੍ਹਾਂ ਹੀ ਇਹਨੂੰ ਚਲਾਉਂਦੇ ਹੋਏ ਇੱਥੋਂ ਤੱਕ ਪਹੁੰਚ ਗਏ ਆਪਾਂ 2021 ਦੇ ਵਿੱਚ। 2021 ਤੱਕ ਪਹੁੰਚਦੇ ਅਸੀਂ ਜਿਹੜਾ ਹੈਗਾ ਆਪਣੀ ਧਰਤੀ ਹੇਠਲਾ ਪਾਣੀ ਜਿਹੜਾ ਹੈਗਾ ਮਕਾਉਣ ਕੰਢੇ ਕਰ ਚੁੱਕੇ ਹਾਂ, ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹਨੂੰ ਜਿਹੜਾ ਹੈਗਾ ਬਹੁਤ ਵੱਡੇ ਪੱਧਰ 'ਤੇ ਢਾਹ ਲਾ ਚੁੱਕੇ ਹਾਂ, ਅਤੇ ਵਾਤਾਵਰਨ ਜਿਹੜਾ ਪੂਰਾ ਹਵਾ ਪਾਣੀ ਅਤੇ ਮਿੱਟੀ ਉਹਨੂੰ ਬੁਰੀ ਤਰ੍ਹਾਂ ਦੂਸ਼ਿਤ ਕਰ ਚੁੱਕੇ ਹਾਂ। ਸਾਇੰਟਿਸਟਾਂ ਦਾ ਮੰਨਣਾ ਕਿ ਜਿਹੜੇ ਜ਼ਹਿਰ ਅਸੀਂ ਖੇਤੀ ਦੇ ਵਿੱਚ ਇਸਤੇਮਾਲ ਕਰਦੇ ਹਾਂ ਫਸਲਾਂ ਦੇ ਉੱਤੇ, ਉਹਨਾਂ ਦਾ 99.9% ਦੇ ਆਸੇ ਪਾਸੇ ਜਿਹੜਾ ਉਹ ਸਾਰੇ 99.9% ਉਹਨਾਂ ਜ਼ਹਿਰਾਂ ਦਾ ਹਵਾ ਪਾਣੀ ਅਤੇ ਮਿੱਟੀ 'ਚ ਘੁਲ ਜਾਂਦਾ। ਹਵਾ ਪਾਣੀ ਅਤੇ ਮਿੱਟੀ ਤੋਂ ਮੋਟੇ ਤੌਰ 'ਤੇ ਸਾਡਾ ਵਾਤਾਵਰਨ ਬਣਦਾ ਹੈ, ਅਤੇ ਜਿਹੜੇ ਸਮਾਜ ਦਾ ਵਾਤਾਵਰਨ ਖਰਾਬ ਹੋਏਗਾ ਅਤੇ ਉਸੇ ਵਾਤਾਵਰਨ 'ਚੋਂ ਸਾਡੀ ਖੁਰਾਕ ਪੈਦਾ ਹੋਣੀ ਹੈ, ਇਹਦਾ ਮਤਲਬ ਉਹ ਸਮਾਜ ਦੀ ਖੁਰਾਕ ਵੀ ਖਰਾਬ ਹੋਏਗੀ, ਜ਼ਹਿਰੀਲੀ ਹੋਏਗੀ, ਦੂਸ਼ਿਤ ਹੋਏਗੀ, ਅਤੇ ਫਿਰ ਉਹ ਸਮਾਜ ਤੰਦਰੁਸਤ ਨਹੀਂ ਰਹਿ ਸਕੇਗਾ। ਅਤੇ ਅੱਜ ਅਸੀਂ ਨਾ ਤਾਂ ਸਾਡੇ ਕੋਲ ਪਾਣੀ ਹੈਗਾ, ਧਰਤੀ ਹੇਠਲਾ ਪਾਣੀ ਅਸੀਂ ਮੁਕਾਉਣ ਕੰਢੇ ਲੈ ਗਏ, ਧਰਤੀ ਦੀ ਉਪਜਾਊ ਸ਼ਕਤੀ ਅਸੀਂ ਜਿਹੜੀ ਹੈਗੀ ਵੱਡੇ ਪੱਧਰ 'ਤੇ ਬਰਬਾਦ ਕਰ ਦਿੱਤੀ ਹੈ। ਉਹਦੇ ਨਤੀਜੇ ਵਜੋਂ ਜਿਹੜੀ ਸਾਡੀ ਜਿਹੜੀ ਸਿਹਤ ਆ, ਸਰੀਰਕ ਅਤੇ ਮਾਨਸਿਕ ਸਿਹਤ, ਉਹ ਕੰਪਰੋਮਾਈਜ਼ ਹੋ ਗਈ ਆ। ਨਾਲ ਦੀ ਨਾਲ ਜਿਹੜੀ ਸਰੀਰਕ ਸਿਹਤ ਆ ਉਹ ਦੋ ਤਰ੍ਹਾਂ ਦੀ ਹੁੰਦੀ ਆ, ਬਾਹਰੀ ਅਤੇ ਅੰਦਰੂਨੀ। ਤਾਂ ਸਾਡੀ ਬਾਹਰੀ ਸਰੀਰਕ ਸਿਹਤ ਵੀ ਬਰਬਾਦ ਆ, ਜਦੋਂ ਬੰਦੇ ਨੂੰ ਦੇਖ ਕੇ ਪਤਾ ਲੱਗ ਜਾਂਦਾ, ਬੋਲਚਾਲ ਬੋਡੀ ਲੈਂਗੁਏਜ ਦੱਸ ਦਿੰਦੀ ਆ ਬੰਦਾ ਤੰਦਰੁਸਤ ਆ ਕਿ ਬਿਮਾਰ ਜੀ, ਤਾਂ ਕੈਂਸਰ, ਸ਼ੂਗਰ, ਕਾਲਾ ਪੀਲੀਆ, ਹਾਰਟ ਅਟੈਕ ਸਾਡੀ ਬਾਹਰੀ ਸਿਹਤ ਨਾਲ ਰਿਲੇਟਡ ਬਿਮਾਰੀਆਂ, ਇਹ ਵੱਡੇ ਪੱਧਰ 'ਤੇ ਚਾਰੇ ਸਟੇਜਾਂ 'ਤੇ ਪੰਜਾਬ ਦੇ ਲੋਕਾਂ ਨੂੰ ਖਤਮ ਕਰਦੀਆਂ ਪਈਆਂ। ਇਹਦੇ ਇਲਾਵਾ ਜਿਹੜੀ ਅੰਦਰੂਨੀ ਸਿਹਤ ਆ ਉਹ ਤੋਂ ਮੇਰਾ ਭਾਵ ਆ ਜੰਮਣ ਸ਼ਕਤੀ ਤੋਂ, ਪੰਜਾਬੀਆਂ ਦੀ ਜੰਮਣ ਸ਼ਕਤੀ ਬੁਰੀ ਤਰ੍ਹਾਂ ਬਰਬਾਦ ਹੋ ਗਈ ਹੈ। ਬਿਨਾਂ ਦਵਾਈ ਤੋਂ ਨਾ ਤਾਂ ਗਰਭ ਠਹਿਰਦਾ ਅਤੇ ਨਾ ਟਿਕਦਾ। ਇਹਦਾ ਕਾਰਨ ਵੀ ਤੁਸੀਂ ਇਹੀ ਮੰਨਦੇ ਹੋ? ਬਿਲਕੁਲ, ਖੁਰਾਕ ਵਿਚਲਾ ਜ਼ਹਿਰੀਲਾਪਣ ਉਹ ਇਹਦਾ ਕਾਰਨ ਹੈ। ਤਾਂ
ना तो बिना दवाई तो गर्भ ठहरदा पंजाब च ना टिकदा ते बावजूद दवाइया खाण दे जिहड़े बच्चे आ सतमाहे अठमाहे ज्यादे पैदा हुंदे आ उन्हां विचों भी टुटे फुटे जमा जन्म जात नुकसान वाले बच्चे भी काफ़ी वड्डे पद्धर ते पैदा हो रहे आ। तां इह इहदा जिहड़ा सिद्धा संबंध आ उह धरती की उपजाऊ शक्ति नाल जुड़दा। जे धरती की उपजाऊ शक्ति घटेगी तां धरती ते रहण वालियां दी उपजाऊ शक्ति भी घटेगी। मैं आपके घरों उदाहरण दिंदा, मेरी नानी ने 15 बच्चे जम्मे सी, ठीक है, तो मेरी जनानी 2 बच्चे जम्मण तो बाद कहिंदी भी तीजे वास्ते मेरे च तां दम है नहीं, ठीक है। तो ये असी इत्थों तक पहुँच गए हैं। हाँ जी, एक गर्भ जिहड़ा हैगा 9 महीने 10 दिन तक माँ दे पेट च टिकना चाहिए। तो साडियां बीबियां दे विच इन्नी कैपैसिटी नहीं बची, इन्नी समर्था नहीं बची, इन्नी ताकत नहीं बची कि वह 9 महीने 10 दिन तक एक गर्भ नूं अपने अंदर टिका के रख सकन। सतमाहे अठमाहे बच्चे इस करके पैदा हो रहे हैं। सो जो धरती की उपजाऊ शक्ति घटेगी तो धरती के रहने वाले की भी घटेगी। वर्ल्ड हैल्थ ऑर्गेनाइजेशन की एक रिपोर्ट सी अज तो कोई 12-15 साल पहला आई, वो कहते हैं कि वर्ल्ड सीमन पैरामीटर कमेटी बनाई सी उन्होंने, उस कमेटी ने दुनिया के वख-वख खित्तियां चों शुकराणुआं के नमूने लए, वीरज के नमूने लए, सीमन के नमूने लए, तो उहदी जिहड़ी रिपोर्ट आ उहदे विच उन्होंने दस्सिया कि पिछले 40 वरियां च पंजाबियों का स्पर्म काउंट आ जिहड़ा 40% थले आ गया। उस मौके UNO की एक खेतीबाड़ी नाल रिलेटड कमेटी सी, उस कमेटी की रिपोर्ट यह कहती सी कि पिछले 40 वरियां च धरती की उपजाऊ शक्ति 40% घट गई है। तो यह सीधा संबंध है आपस के। सो जे असी समाज नूं सेहतमंद तंदुरुस्त रखना, वातावरण नूं साफ सुथरा करना, धरती हेठले पानी का पद्धर उच्चा लिआउणा, उहनूं मिठा करना, तां उहदा एक ही राह कुदरती खेती, जहरां तों मुक्ति। जदों असी कुदरती खेती करदे आ तां जिन्ना मींह दा पानी बरसदा कुदरती खेती वाले खेत उहनूं रोक लैंदे आ, वाटर होल्डिंग कपैसिटी उहनां दी ज़्यादा हुंदी आ, वाटर होल्ड हो जाता, होल्ड होने तो बाद सोख्या जाता, ऑब्जॉर्वेशन होंगी है, ठीक है। तो फिर एक होंगी वाटर रिटेंशन कपैसिटी, पानी रोकना सोखना तो उतली 1.5 फुट मिट्टी के संभाल के रखना नमी के रूप च, यह सिर्फ तो सिर्फ कुदरती खेती वाली जमीन च ही होंगे। कुदरती खेती वाली जमीन च जहर पैंदे नहीं, रसायनिक खादा पैंदियां नहीं, हैवी मशीनरी चाहिए नहीं। तो यह कुदरती खेती जो आप करते हैं तो साढ़े सारे मसले हल होंगे। तो सरकारों नूं चाहिए कि वो बाजार के मोह चो बाहर आके कारपोरेटा नाल जिहड़ा उन्हां दा जफ्फियां पईआं होईआं उन्हूं त्याग के लोकां नाल जफ्फियां पाउण, लोकां दा जिहड़ा हैगा जीवन पद्धर उच्चा चुकण लई अगे आउण। पंजाब एक खेती प्रधान सूबा, पंजाब नूं कुदरती खेती दे लड़ ला के ते खेती आधारित उद्योगां दे नाल पंजाब दी जिहड़ी हैगी है ना, तुसीं इकॉनमी नूं भी उच्चा कर सकते हो, पंजाब के लोगों की जिहड़ी सेहत तंदुरुस्ती ते आर्थिकता उन्हों भी उच्चा चक सकते हो, तो थोड़े सारे मसले कुदरती खेती सदका हल हो जाते। एक जिम्मे पूरा पंजाब दे विच जिहड़ा हल्ला बोलिया पाया गुलाबी सुंडी ने, तो जिहड़ा ऑर्गेनिक खेती है वो बाकी खेती नालों ते असर घट हो रहा गुलाबी सुंडी का। देखो जिहड़ी गुलाबी सुंडी आ उह ना इस बार उहदा पतंगा, पहलां पतंगा आउंदा उह आंडे दिंदा, इस बार ना टिड्डी दल वांगू उहदा हमला होया अड्डो अड्ड थावां ते, भी बहुत वड्डे पद्धर ते पतंगा आया, पतंगा आउंदा ते आंडे दिंदा, आंडियां दे विचों सुंडी निकलदी आ, सुंडी टिंडे दे विच वड़दी आ, ठीक है। तां इह हुंदा क्यों आ, इहदे इहनूं समझण लई सानूं थोड़ा जिहा पिछे जाणा पऊगा। असीं कुदरत दे नाल टक्कर लैंदे आ भी असीं जिहड़ा कीड़ा आऊगा उहनूं मार देंगे। 2004-05 दे विच मिली बग दा अटैक होया, मिली बग ने किसानां दा नुकसान बहुत कीता। ये 2006-07 दे विच अटैक आया सी, 2004 दे विच ऑफिशियली लॉन्च होया सीगा BT कॉटन पंजाब दे विच, तां 2-3 वरे BT कॉटन ने किसानां दीआं जिहड़ियां हैगीआं बाछां खिलातीआं, किसान खुश करते। जिहड़ा 2-3 सालां दे विच किसानां ने BT कॉटन बीज के बेच के कमाया सी उह मिली बग इक साल च ही लै गई, ठीक है। मिली बग नूं कंट्रोल करन लई उदों 650 करोड़ रुपए की परफिनोफास जहर किसानां ने वरती सी 2006-07 दे विच, बावजूद वो नरमे चौपट हो गए सी, 50-50 किलो नरमा एकड़ का उदों निकलिया। उन्हों कंट्रोल करते करते वो तो हो ही नहीं, कुदरत ने अपना समा चक्कर घुमाया, मिली बग चली गई,
ਤੇ ਮੀਲੀ ਬੱਗ ਨੂੰ ਕੰਟਰੋਲ ਕਰਨ ਲਈ ਜਿਹੜੇ ਜ਼ਹਿਰ ਵਰਤੇ ਸੀ ਉਹਦੀ ਰੈਜ਼ਿਸਟੈਂਸ ਦੇ ਵਿੱਚ ਕੁਦਰਤ ਨੇ ਚਿੱਟਾ ਮੱਛਰ ਲਿਆਂਦਾ। ਚਿੱਟੇ ਮੱਛਰ ਨੇ ਫਿਰ ਜਿਹੜਾ ਹੈਗਾ ਜਿੰਨੀ ਕੁ ਕਮਾਈ 2-4 ਸਾਲਾਂ 'ਚ ਕਿਸਾਨਾਂ ਨੇ ਕੀਤੀ ਸੀ ਉਹ ਚਿੱਟੇ ਮੱਛਰ ਨੇ ਚੌਪਟ ਕਰਤੀ, ਨਰਮੇ ਪੂਰੇ ਦੇ ਪੂਰੇ ਬਰਬਾਦ ਹੋਏ। ਹੁਣ ਕਿਸਾਨ ਜਿਹੜੇ ਹੈਗੇ ਆ ਪਿਛਲੇ ਕੁਝ ਵਰ੍ਹਿਆਂ ਤੋਂ ਚਿੱਟੇ ਮੱਛਰ ਅਤੇ ਤੇਲੇ ਚੇਪੇ ਦੇ ਮਗਰ ਪਏ ਹੋਏ ਸੀਗੇ, ਲਗਾਤਾਰ ਊਲਾਲਾ ਫਲਾਨੀ ਢਿੰਕੜੀ ਜ਼ਹਿਰਾਂ ਇੱਕ ਤੋਂ ਬਾਅਦ ਇੱਕ ਕਰਦੇ ਹੋਏ। ਨਰਮਾ ਪੂਰਾ ਵਧੀਆ ਨਹੀਂ ਹੋ ਰਿਹਾ ਸੀ, ਜ਼ਹਿਰਾਂ ਕਰਕੇ ਨਰਮੇ ਦੀ ਐਂਡ 'ਤੇ ਲਾਟ ਨਿਕਲਦੀ ਪਈ ਸੀ, ਪਰ ਕੁਝ ਹੱਦ ਤੱਕ ਕਿਸਾਨਾਂ ਦਾ ਕੰਮ ਚੱਲਦਾ ਪਿਆ ਸੀ। ਹੁਣ ਉਸ ਰੈਜ਼ਿਸਟੈਂਸ ਦੇ ਵਿੱਚੋਂ ਵੀ ਤੁਸੀਂ ਜੇ ਚਿੱਟੇ ਮੱਛਰ ਨਾਲ ਐਂ ਕਰੋਗੇ, ਚੇਲੇ ਨਾਲ ਐਂ ਕਰੋਗੇ, ਮਿੱਤਰ ਕੀੜਿਆਂ ਨੂੰ ਮੌਕਾ ਦਿਓ ਨਹੀਂ ਦਿਓਗੇ, ਕੁਦਰਤ ਨੂੰ ਮੌਕਾ ਨਹੀਂ ਦਿਓਗੇ, ਸਾਰਾ ਕੁਝ ਆਪਦੇ ਹੱਥ ਚਲਾਓਗੇ, ਤਾਂ ਹੁਣ ਕੁਦਰਤ ਐਤਕੀ ਗੁਲਾਬੀ ਸੁੰਡੀ ਲੈ ਕੇ ਆ ਗਈ, ਠੀਕ ਹੈ, ਤਾਂ ਉਹਨੂੰ ਵੀ ਜ਼ਹਿਰਾਂ ਵਰਤ ਵਰਤ ਕੇ ਇਸ ਕੰਟਰੋਲ ਕਰਨ ਦਾ ਉਪਰਾਲਾ ਕਰਨ ਲੱਗੇ, ਉਹ ਵੀ ਨਹੀਂ ਹੋਇਆ। ਉਹ ਸਾਹਮਣੇ ਇੱਕ ਕਿਸਾਨ ਭਰਾ ਖੜਾ, ਇੱਕ ਅੱਧੇ ਕਿੱਲੇ ਦੇ ਉੱਤੇ ਉਹਨਾਂ ਨੇ 7 ਸਪਰੇਆਂ ਦਾ ਟ੍ਰਾਇਲ ਕਰਤਾ, ਬਾਵਜੂਦ ਗੁਲਾਬੀ ਸੁੰਡੀ ਨਹੀਂ ਗਈ। ਇਹਦਾ ਮਤਲਬ ਕੀ ਆ ਕਿ ਪੈਸਟੀਸਾਈਡ ਜਿਹੜਾ ਹੈਗਾ ਉਹਦੇ ਨਾਲ ਤੁਸੀਂ ਕੀੜਿਆਂ ਨੂੰ ਕੰਟਰੋਲ ਨਹੀਂ ਕਰ ਸਕਦੇ। ਕੀੜਿਆਂ ਨੂੰ ਕੰਟਰੋਲ ਕਰਨ ਦੀ ਕੁਦਰਤ ਦੀ ਇੱਕ ਆਪਣੀ ਵਿਵਸਥਾ, ਉਸ ਵਿਵਸਥਾ ਪ੍ਰਤੀ ਤੁਹਾਨੂੰ ਜਾਗਰੂਕ ਹੋਣਾ ਪਊਗਾ, ਜ਼ਿੰਮੇਵਾਰ ਹੋਣਾ ਪਊਗਾ। ਪਹਿਲਾਂ ਬਣੀ ਪਰਾਲਬਤ ਪਾਸੇ ਬਣਾ ਸਰੀਰ, ਪਹਿਲਾਂ ਪਰਮਾਤਮਾ ਖੁਰਾਕ ਦਾ ਬੰਦੋਬਸਤ ਕਰਦਾ, ਫਿਰ ਖਾਣ ਵਾਲਿਆਂ ਨੂੰ ਭੇਜਦਾ, ਠੀਕ ਹੈ। ਤਾਂ ਨਰਮਾ ਜੇ ਕਿਸੇ ਕੀੜੇ ਦੀ ਖੁਰਾਕ ਹੈ ਤਾਂ ਉਹ ਕੀੜਾ ਵੀ ਕਿਸੇ ਹੋਰ ਕੀੜੇ ਦੀ ਖੁਰਾਕ ਹੈ। ਇੱਕ ਸ਼ਾਕਾਹਾਰੀ ਕੀੜੇ ਹੁੰਦੇ ਆ, ਇੱਕ ਮਾਸਾਹਾਰੀ ਕੀੜੇ ਹੁੰਦੇ ਆ। ਕਿਸਾਨਾਂ ਨੂੰ ਸ਼ਾਕਾਹਾਰੀ ਅਤੇ ਮਾਸਾਹਾਰੀ ਦਾ ਫਰਕ ਸਮਝਾਇਆ ਨਹੀਂ ਜਾਂਦਾ, ਅਤੇ ਉਹਨਾਂ ਨੂੰ ਸਪਰੇਆਂ ਦਾ ਜਿਹੜਾ ਹੈਗਾ ਗਿਆਨ ਦੇ ਦਿੱਤਾ ਜਾਂਦਾ, ਆ ਆ ਗਿਆ ਤਾਂ ਆਹ ਕਰ ਲਿਓ, ਆ ਆ ਗਿਆ ਤਾਂ ਆਹ ਕਰ ਲਿਓ, ਉਹ ਵਿਚਾਰੇ ਲੱਗੇ ਰਹਿੰਦੇ ਆ ਅਤੇ ਉਹਦਾ ਖਮਿਆਜਾ ਐਂਡ 'ਤੇ ਉਹਨਾਂ ਨੂੰ ਭੋਗਣਾ ਪੈਂਦਾ। ਯੂਨੀਵਰਸਿਟੀ ਨੂੰ ਚਾਹੀਦਾ ਸੀਗਾ ਕਿ ਉਹ ਕਿਸਾਨਾਂ ਨੂੰ ਫੈਰੋਮੋਨ ਟਰੈਪ ਉਪਲਬਧ ਕਰਾਉਂਦੀ, ਖੇਤੀਬਾੜੀ ਮਹਿਕਮੇ ਨੂੰ ਚਾਹੀਦਾ ਸੀ ਉਹ ਕਿਸਾਨਾਂ ਨੂੰ ਗੁਲਾਬੀ ਸੁੰਡੀ ਅਤੇ ਫੈਰੋਮੋਨ ਟਰੈਪ ਵੱਡੇ ਪੱਧਰ 'ਤੇ ਉਪਲਬਧ ਕਰਾਉਂਦਾ, ਟ੍ਰਾਈਕੋਗ੍ਰਾਮਾ ਕਾਰਡ ਵੱਡੇ ਪੱਧਰ 'ਤੇ ਉਪਲਬਧ ਕਰਾਏ ਜਾਂਦੇ। ਪੈਰਾਸਾਈਟ ਆ, ਟ੍ਰਾਈਕੋਗ੍ਰਾਮਾ ਇੱਕ ਪੈਰਾਸਾਈਟ ਆ, ਪਰਜੀਵੀ ਕੀੜਾ, ਉਹ ਸੁੰਡੀਆਂ ਦੇ ਆਂਡਿਆਂ 'ਚ ਆਂਡੇ ਦੇ ਕੇ ਉਹਨਾਂ ਨੂੰ ਖਤਮ ਕਰ ਦਿੰਦਾ, ਠੀਕ ਹੈ। ਅਤੇ ਜਦੋਂ ਆਂਡਾ ਹੀ ਖਤਮ ਹੋ ਗਿਆ ਤਾਂ ਸੁੰਡੀ ਕਿੱਥੋਂ ਆਊਗੀ? ਅਤੇ ਜਿਹੜੇ ਫੈਰੋਮੋਨ ਟਰੈਪ ਹੈ ਉਹ ਕੀ ਕਰਦੇ ਆ ਵੀ ਜਿਹੜਾ ਨਰ ਪਤੰਗਾ ਹੁੰਦਾ ਉਹਨੂੰ ਕੈਪਚਰ ਕਰ ਲੈਂਦੇ ਆ, ਉਹਦੇ ਵਿੱਚ ਇੱਕ ਹਾਰਮੋਨ ਲੱਗਿਆ ਹੁੰਦਾ ਕੈਪਸੂਲ ਜਿਹਦੇ ਉੱਤੇ, ਲਿਊਰ ਕਹਿੰਦੇ ਆ ਉਹਨੂੰ, ਹਾਰਮੋਨ ਕੋਟ ਕੀਤਾ ਹੁੰਦਾ। ਜਦੋਂ ਮੇਲ ਫੀਮੇਲ ਦਾ ਮੇਲ ਹੋਣਾ ਨਾ ਤਾਂ ਉਸ ਦੌਰਾਨ ਮੇਲ ਜਿਹੜੀ ਫੀਮੇਲ ਆ ਉਹ ਇੱਕ ਹਾਰਮੋਨ ਰਿਲੀਜ਼ ਕਰਦੀ ਆ, ਉਹ ਹਾਰਮੋਨ ਦੀ ਖੁਸ਼ਬੂ ਜਿਹੜੀ ਹੈਗੀ ਆ ਨਰ ਪਤੰਗੇ ਨੂੰ ਉਹਦੇ ਵੱਲ ਖਿੱਚ ਕੇ ਲਿਆਉਂਦੀ ਆ। ਜਿਹੜਾ ਟਰੈਪ ਹੁੰਦਾ ਫੈਰੋਮੋਨ ਟਰੈਪ, ਉਹਦੇ ਵਿੱਚ ਨਾ ਜਿਹੜਾ ਲਿਊਰ ਹੁੰਦਾ ਉਹਦੇ 'ਤੇ ਫੀਮੇਲ ਹਾਰਮੋਨ ਕੋਟ ਕੀਤਾ ਹੁੰਦਾ, ਤਾਂ ਨਰ ਪਤੰਗਾ ਉਹ ਹਾਰਮੋਨ ਦੇ ਅਸਰ ਦੇ ਵਿੱਚ ਉਹਦੇ ਵੱਲ ਆਉਂਦਾ ਅੰਨੇ ਵਾਹ, ਅਤੇ ਉਹਦੇ ਵਿੱਚ ਵੱਜ ਕੇ ਟਰੈਪ ਹੋ ਜਾਂਦਾ। ਤਾਂ ਉਹ ਜਿਹੜੇ ਟਰੈਪ ਹੈ ਨਾ ਤਾਂ ਉਹ ਦਿੱਤੇ ਜਾ ਰਹੇ ਆ ਡਿਪਾਰਟਮੈਂਟ ਵੱਲੋਂ, ਨਾ ਯੂਨੀਵਰਸਿਟੀ ਉਹਦੇ 'ਤੇ ਕੰਮ ਕਰਦੀ ਪਈ ਆ, ਨਾ ਹੀ ਡਿਪਾਰਟਮੈਂਟ ਕੰਮ ਕਰਦਾ ਪਿਆ। ਅਤੇ ਸਿਫਾਰਿਸ਼ਾਂ ਕਰ ਰਹੀਆਂ, ਜਿੰਨੀਆਂ ਸਿਫਾਰਿਸ਼ਾਂ ਕੀਤੀਆਂ ਤੁਹਾਡੀ ਕਿਸੇ ਸਪਰੇਅ ਨੇ ਕੰਮ ਨਹੀਂ ਕੀਤਾ, ਹੁਣ ਦੱਸੋ ਵੀ ਕਿਸਾਨ ਦਾ ਕੀ ਕਸੂਰ ਆ? ਠੀਕ ਹੈ, ਆਹ ਖੜਾ ਕਿਸਾਨ, ਇਹਨਾਂ ਨੂੰ ਪੁੱਛੋ 25 ਕਿੱਲੇ ਨਰਮਾ ਬਾਈ ਦਾ ਬਰਬਾਦ ਹੋ ਗਿਆ, ਠੀਕ ਹੈ, ਅਤੇ ਇਹਨਾਂ ਨੇ ਸਾਰੀਆਂ ਸਿਫਾਰਿਸ਼ਾਂ ਵਾਲੀਆਂ ਜ਼ਹਿਰਾਂ ਆਪਦੀ ਫਸਲ 'ਤੇ ਛਿੜਕ ਕੇ ਵੇਖ ਲਈਆਂ। ਮਤਲਬ ਇਹ ਆ ਕਿ ਕੁਦਰਤ ਦੇ ਨੇੜੇ ਹੋਵੋ, ਕੁਦਰਤ ਮੁਤਾਬਕ ਆਪਦੀ ਖੇਤੀ ਕਰੋ, ਅਤੇ ਉਹਦੇ ਲਈ ਜਿਹੜਾ ਹੈਗਾ ਮੇਰੇ ਵਰਗੇ ਲੋਕ ਜਿੰਨੇ ਕੁ ਹੈਗੇ ਆਪਣੇ ਪੱਧਰ 'ਤੇ ਇੰਡੀਵਿਜੁਅਲੀ ਆਪਣੇ ਸੀਮਤ ਸਾਧਨਾਂ ਦੇ ਨਾਲ, ਮੈਨੂੰ ਮੋਟਰਸਾਈਕਲ 'ਤੇ ਸਾਰਾ ਪੰਜਾਬ ਘੁੰਮਣਾ ਪੈਂਦਾ, ਠੀਕ ਹੈ, ਅਤੇ ਧੂਈ ਦੀ ਮੇਰੀ ਐਸੀ ਤੈਸੀ ਫਿਰ ਜਾਂਦੀ ਹੈ, ਮੇਰਾ ਇੱਕ ਦਿਨ ਦਾ ਕਈ ਵਾਰੀ 500 ਕਿਲੋਮੀਟਰ ਸਫ਼ਰ ਹੋ ਜਾਂਦਾ। ਹੁਣ ਮੈਂ ਇਕੱਲਾ ਬੰਦਾ ਕਿਤੇ ਕਿਤੇ ਜਾ ਕੇ ਜਾਗਰੂਕ ਕਰਾਂ ਲੋਕਾਂ ਨੂੰ, ਮੈਂ ਆਪਦੇ ਯੂਟਿਊਬ ਚੈਨਲ ਤੋਂ ਜਾਗਰੂਕ ਕਰਦਾ, ਉਹਨੂੰ ਕੋਈ ਦੇਖਦਾ ਨਹੀਂ, ਕਿਉਂਕਿ ਮੈਂ ਉਹ ਗੱਲਾਂ ਕਰਦਾ ਜਿਹੜੀਆਂ ਅਸਲ ਦੇ ਵਿੱਚ ਕਰਨੀਆਂ ਚਾਹੀਦੀਆਂ, ਅਤੇ ਉਹਨਾਂ ਗੱਲਾਂ 'ਚ ਕੰਨ ਰਸ ਨਹੀਂ ਹੈਗਾ, ਨੌਲੇਜ ਆ, ਨੌਲੇਜ ਕੋਈ ਲੈਣਾ ਨਹੀਂ ਚਾਹੁੰਦਾ, ਕੰਨ ਰਸ ਸਾਰੇ ਭਾਲਦੇ ਆ। ਜਿਹੜੀਆਂ ਵੀਡੀਓ ਊਟ ਪਟਾਂਗ ਹੁੰਦੀਆਂ ਉਹਨਾਂ ਨੂੰ ਅੰਨੇ ਵਾਹ ਵੇਖਦੇ ਆ, ਮੇਰੀਆਂ ਵੀਡੀਓ ਦੇ ਉੱਤੇ ਵਿਊ ਹੁੰਦੇ ਆ 1,000, 1,500, 2,000। ਕੀ ਨਾਮ ਤੇ ਜਿਹੜਾ ਤੁਹਾਡਾ ਯੂਟਿਊਬ ਅਕਾਊਂਟ ਕਿਸ ਨਾਮ 'ਤੇ? ਨੈਚੁਰਲ ਫਾਰਮਿੰਗ ਅੰਗਰੇਜ਼ੀ 'ਚ, ਸਪੇਸ ਦੇ ਕੇ ਕੁਦਰਤੀ ਖੇਤੀ ਪੰਜਾਬੀ 'ਚ। ਵੈਸੇ ਤੁਸੀਂ ਗੁਰਪ੍ਰੀਤ ਦਵੜੀ ਖਾਨਾ ਯੂਟਿਊਬ 'ਤੇ ਸਰਚ ਮਾਰੋਗੇ ਤਾਂ ਮੇਰਾ ਚੈਨਲ ਨਿਕਲ ਆਉਂਦਾ, ਠੀਕ ਹੈ। ਤਾਂ ਹੁਣ ਮੇਰੇ ਕੋਲ ਸਾਧਨ ਹੈ ਨਹੀਂ ਗੇ, ਮੈਂ ਯੂਟਿਊਬ ਰਾਹੀਂ ਲੋਕਾਂ ਨੂੰ ਜਾਗਰੂਕ ਕਰਦਾ ਰਹਿੰਦਾ, ਉੱਥੇ ਕੋਈ ਜਿੰਨੇ ਕੁ ਲੋਕ ਉਹਦੇ 'ਤੇ ਅਸਰ ਕਰਦੇ ਉਹਨਾਂ ਨੂੰ ਫਾਇਦਾ ਹੁੰਦਾ, ਪਰ ਵੱਡੇ ਪੱਧਰ 'ਤੇ ਪਿੰਡਾਂ 'ਚ ਜਾਣਾ ਮੇਰੇ ਇਕੱਲੇ ਦੇ ਵੱਸਦਾ ਹੈ ਨਹੀਂ, ਠੀਕ ਹੈ। ਤਾਂ
इस करके मेरा जिहड़ा प्लेटफॉर्म आ मैं उहदे राही लोगों नूं जागरूक करदा। पंजाब एग्रो ने नूं लग्गिया कि गुरप्रीत दबड़ीखाने का फायदा चकना चाहिए लोगों के लैके जाइए इनू, तो इन्होंने मेरे नाल पिछले साल कॉन्टैक्ट किया ते एज अ स्टेट रिसोर्स परसन मैं इन्हों के जिन्ने कैंपे मैं तो लगाए हैं उन्ने क लाना ठीक है, तो उस संदर्भ के अज इतने आए हैं तो हूँ कैंप का टाइम हो चलिया तो मैं थोड़े तो आ गया चाह। धन्यवाद शुक्रिया सो बहुत बहुत धन्यवाद जी गुरप्रीत दबड़ीखाना वीर का, बहुत वधिया जिहड़ा इन्होंने जानकारी दी है। जिहड़ा हुण चल रहा गुलाबी सुंडी का जिहड़ा खतरा पै रहा पूरे पंजाब की नरमे की खेती उहदे बारे भी बड़ी वधिया जानकारी दी है, तो असीं इन्हां दा जिहड़ा बनया हुआ यूट्यूब अकाउंट असीं तुहानूं उहदे बारे भी गुजारिश करांगे कि जे तुसीं कोई जानकारी लैणा चाहुंदे तां उत्ते जाके भी सबसक्राइब कर सकदे हो। बाकी जिहड़ा जिवें इहदा नुकसान होया नरमे की खेती का साडे नाल किसान वीर खड़े ने गल्लबात करदे आ कि इन्हां दा की कहना जिहड़ा गुलाबी सुंडी का किवें नुकसान होया ते इहतों बचाओ लई ऑरगैनिक खेती के जरिए किमें बचा कर सकते। श्रीकाल जी, सब तो पहला तो आवाज़ कौम टीवी का धन्यवाद करते हैं। जिहड़ी हुण गुलाबी सुंडी पई हैगी नरमे दे विच इहदा बहुत ज़्यादा नुकसान है। सपोज करो मेरे कोल 25 किले नरमा हैगा, तो 25 दे 25 किले नरमा मैं अज बोहण नूं तैयार हैगा, लेबर वाले भी अज वापस चले गए आए सीगे, तो सारा 2-2.5 मण किले का नरमा हुण तक होएगा। जिहड़ा 20 लख रुपए का नरमा सीगा 25 किलियां चों, पर अज उह 1 लख रुपए का भी नहीं हुंदा हुण। ये तो बहुत ज़्यादा गुलाबी सुंडी का नुकसान है, कोई कंट्रोल नहीं। मैं 7 स्प्रेहां कर चुका गया, इदू पहला 60 तो 70 टिंडे एक बूटे नूं लगे हुए नेगे, देखण नूं सोहणे लगदे हैगे पर जदों उहनूं विच्चों पाड़ देंगे तो सारा सुंडी ने खाधा पिया हुंदा, जिहदा तो कोई भी कंट्रोल नहीं, कोई स्प्रे इहदा कम नहीं कर रही जी। ये थोनों की लगता है जिमें भी जानकारी दे रहा कि ऑरगैनिक खेती हौली हौली इस चीज़ पर कंट्रोल हो सकता है, थोड़ा की लगता वो सही हो रहा। देखो जी, भाई गुरप्रीत दबड़ी खाना जी आए नगे इतने अपने रावपुर पिंड दे विच, पर सानू मतलब की हैगा हुण जिहड़े कारपोरेट घराने नगे वह जिमीदार नूं खत्म करन ते तुले होए नगे, क्योंकि बीटी तो पहला भी यही सी हुण भी यही है। इस बार इन्होंने बीज दे विच गड़बड़ करती, रेस ब्रेज गड़बड़ करती, कंट्रोल नहीं हो रहा जी। पिछले साल यही नरमा 4400 रुपए नूं खरीदया गया पूरा मोटा फुटा का, इस बार जमा कौडियां 6600 रुपए के भाव नूं खरीदया जांदा है। ये भी आपां नूं सोचण दी गल है जी, सानूं इह चीज़ां सारियां छड्ड के कारपोरेट घराणा तों बचना पऊगा, रेहां स्प्रेहां तों बचना पऊगा, ते जिहड़ी जैविक खेती हैगी कुदरती खेती है सानूं इहदे वल चलना पऊगा, फिर साडा किते जाके टाइम पास हो। तुहानूं की लगदा जी इहदे थोड़ा रुझान वधिया पहलां नालों ऑरगैनिक खेती का? और हाँ, इहदा रुझान वधिया होएगा जी। मैं भी अपने आप के खेत मान लो भी 2.5-3 कनाल पौंडी लाई हुई हैगी, मतलब इस तरह कर लो भी हर एक फ्रूट के बूटे लाए हुए नेगे, 30 तो 35 प्रकार का फ्रूट लाया होएगा, जिमें इस बार गंढे लावे, जो जो भी चीज़ हैगी सारी उदे उत्ते मतलब अपन भी जैविक खेती करनी पेगी, जिमें खट्टी लस्सी होगी या निम हो गया या कौर तुम्मे हो गया, इस तरह दियां सप्रियां वो अपन करनिया पैनिया, रुझान इहदा वधेगा, अपन होर वधाउणा पेगा। ठीक, बहुत बहुत धन्यवाद। धन्यवाद।